ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇ ਨਾਲ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰਦੀ ਹੈ ਕਿ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਅਪਡੇਟ ਅਤੇ ਅਪਡੇਟ ਤੁਹਾਨੂੰ ਦੇ ਰਿਹਾ ਅਤੇ ਕੱਲ੍ਹ ਦੀ ਡੇਟ ਦੇ ਵਿੱਚ ਤੁਹਾਨੂੰ ਇੱਕ ਅਪਡੇਟ ਸਾਂਝੀ ਕੀਤੀ ਸੀ। ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਤਾਂ 30 ਮਾਰਚ ਤੋਂ ਬਾਅਦ ਤੁਹਾਡੇ ਜਿਹੜੇ ਟੋਲ ਰੇਟ ਨੇ ਉਹ ਵਧਾ ਦਿੱਤੇ ਗਏ ਸੀ, ਪਰ ਹੁਣ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਅਪਡੇਟ ਅਤੇ ਲੁਧਿਆਣਾ ਵਾਸੀਆਂ ਨੂੰ ਵੱਡੀ ਰਾਹਤ ਵੀ ਦਿੱਤੀ ਗਈ ਹੈ ਤਾਂ ਦੱਸ ਦਈਏ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦੋ ਮਹਿੰਗੇ ਟੋਲ ਪਲਾਜ਼ਾ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ। ਤਾਂ ਇਹ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਵਾਸੀਆਂ ਦੇ ਲਈ। ਤਾਂ ਪੰਜਾਬ ਦੇ ਮੁੱਲਾਪੁਰ ਰਾਏਕੋਟ ਦੇ ਰਸਤਿਆਂ ਦੇ ਵਿੱਚ ਦੋ ਮਹਿੰਗੇ ਟੋਲ ਪਲਾਜ਼ਾ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਮਹਿੰਗੇ ਟੋਲ ਪਲਾਜ਼ਾ ਜਿਹੜੇ ਨੇ ਉਹ ਹੁਣ ਬੰਦ ਹੋਣਗੇ, ਕਿਉਂਕਿ ਟੋਲ ਨੂੰ ਲੈ ਕੇ ਲਗਾਤਾਰ ਜੇ ਆਮ ਲੋਕਾਂ ਦੇ ਜੇਬਾਂ 'ਤੇ ਕਾਫੀ ਵੱਡਾ ਅਸਰ ਪੈਂਦਾ ਹੈ। ਤਾਂ ਕਈ ਟੋਲ ਪਲਾਜ਼ਾ ਜਿਹੜੇ ਨੇ ਪਹਿਲਾਂ ਵੀ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਬੰਦ ਕੀਤੇ ਜਾ ਚੁੱਕੇ ਨੇ। ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੀ ਹੈ ਕਿ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਅਕਾਊਂਟ ਜ਼ਰੀਏ ਇਹ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਦੋ ਮਹਿੰਗੇ ਟੋਲ ਪਲਾਜ਼ਾ ਫਿਰ ਬੰਦ ਹੋਣ ਜਾ ਰਹੇ ਨੇ। ਤਾਂ 2 ਅਪ੍ਰੈਲ ਨੂੰ ਉਹ ਦੋ ਟੋਲ ਪਲਾਜ਼ਾ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ। ਤਾਂ ਤੁਹਾਨੂੰ ਦੱਸ ਦਈਏ ਰਾਏਕੋਟ ਮੁੱਲਾਪੁਰ ਦੇ ਰਸਤੇ ਦੇ ਵਿੱਚ ਪੈਂਦੇ ਦੋ ਮਹਿੰਗੇ ਟੋਲ ਪਲਾਜ਼ਾ ਜਿਹੜੇ ਨੇ ਉਹ ਬੰਦ ਹੋਣਗੇ। ਤਾਂ ਤੁਹਾਨੂੰ ਦੱਸ ਦਈਏ ਟੋਲ ਪਲਾਜ਼ਾ ਕਿਹੜੇ ਨੇ। ਮੁੱਲਾਪੁਰ ਨੇੜੇ ਪਿੰਡ ਰਕਬਾਂ ਦੇ ਕੋਲ ਪੈਂਦਾ ਇੱਕ ਟੋਲ ਪਲਾਜ਼ਾ ਅਤੇ ਦੂਜਾ ਪਿੰਡ ਮਹਿਲ ਕਲਾਂ ਦੇ ਕੋਲ ਪੈਂਦਾ ਇੱਕ ਟੋਲ ਪਲਾਜ਼ਾ। ਇਹ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚੋਂ ਜਿਹੜੀ ਇਸਦੀ ਗਿਣਤੀ ਕੀਤੀ ਜਾਂਦੀ। ਤਾਂ ਇਹ ਇੱਕੋ ਕੰਪਨੀ ਦੇ ਜਿਹੜੇ ਟੋਲ ਪਲਾਜ਼ੇ ਨੇ, ਤਾਂ ਇਹਨਾਂ ਦੀ ਐਕਸਪਾਇਰੀ ਡੇਟ ਜਿਹੜੀ ਹੈ ਉਹ 2 ਅਪ੍ਰੈਲ ਦੀ ਹੈ। ਤਾਂ ਇਸ ਨੂੰ ਲੈ ਕੇ ਭਗਵੰਤ ਸਿੰਘ ਮਾਨ ਵੱਲੋਂ ਇਸ ਨੂੰ ਵਧਾਉਣ ਦੀ ਜਿਹੜੀ ਹੈ ਉਹ ਮੰਗ ਵੀ ਕੀਤੀ ਗਈ ਸੀ। ਤਾਂ 448 ਦਿਨਾਂ ਦੀ ਜਿਹੜੀ ਹੈ ਬੜੋਤਰੀ ਦੀ ਮੰਗ ਕੀਤੀ ਗਈ ਸੀ, ਪਰ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਨਾ ਮਨਜ਼ੂਰੀ ਦਿੱਤੀ ਗਈ ਹੈ। ਤਾਂ ਇਹ ਵੱਡੀ ਖਬਰ ਹੈ ਕਿਉਂਕਿ ਇਹ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚੋਂ ਜਿਹੜੀ ਇਸ ਦੀ ਗਿਣਤੀ ਹੁੰਦੀ। ਤਾਂ ਇਹ ਹੁਣ ਬੰਦ ਹੋਣ ਜਾ ਰਹੇ ਨੇ। ਤਾਂ 2 ਅਪ੍ਰੈਲ ਨੂੰ ਇਹਨਾਂ ਰਸਤਿਆਂ ਦੇ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਮਿਲੇਗੀ। ਤਾਂ ਇਹ 2 ਵੱਡੇ ਟੋਲ ਪਲਾਜ਼ੇ ਨੇ ਜਿਹੜੇ ਬੰਦ ਹੋਣ ਜਾ ਰਹੇ ਨੇ। ਹਾਲਾਂਕਿ ਕਈ ਟੋਲ ਪਲਾਜ਼ੇ ਜਿਹੜੇ ਨੇ ਪਹਿਲਾਂ ਵੀ ਬੰਦ ਕੀਤੇ ਜਾ ਚੁੱਕੇ ਨੇ। ਤਾਂ ਹੁਣ ਇਹ ਮਹਿੰਗੇ ਟੋਲ ਪਲਾਜ਼ਿਆਂ ਦੀ ਜਿਹੜੀ ਵਾਰੀ ਹੈ ਉਹ ਹੁਣ ਹੈ। ਸੀ ਐਮ ਭਗਵੰਤ ਸਿੰਘ ਮਾਨ ਨੇ ਆਪਣੇ ਅਕਾਊਂਟ ਜ਼ਰੀਏ ਜਿਹੜਾ ਵੈ ਇਸ ਦੀ ਜਾਣਕਾਰੀ ਦਿੱਤੀ ਹੈ। ਤਾਂ ਆਉਣ ਵਾਲੇ 2 ਅਪ੍ਰੈਲ ਨੂੰ ਇਹ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ, ਕਿਉਂਕਿ ਇਹ 2 ਅਪ੍ਰੈਲ ਤੱਕ ਜਿਹੜੀ ਇਹਦੀ ਮਿਤੀ ਸੀ ਉਹ ਐਕਸਪਾਇਰ ਹੁੰਦੀ ਸੀ। ਤਾਂ ਹੁਣ ਉਸਦੀ ਜਿਹੜੀ ਹੈ ਬੜੋਤਰੀ ਜਿਹੜੀ ਉਸਦੀ ਮੰਗ ਕੀਤੀ ਗਈ ਸੀ, ਪਰ ਉਹ ਮੰਗ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਨਾ ਮਨਜ਼ੂਰੀ ਕੀਤੀ ਗਈ ਹੈ। ਤਾਂ ਹੁਣ ਇਹ ਟੋਲ ਪਲਾਜ਼ਿਆਂ ਦੇ ਰਸਤਿਆਂ ਦੇ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਜੇਬ ਦੇ ਵਿੱਚ ਜਿਹੜਾ ਵੱਡਾ ਅਸਰ ਪੈਂਦਾ ਸੀ ਉਸਦੇ ਵਿੱਚ ਵੀ ਜਿਹੜੀ ਹੈ ਕਟੌਤੀ ਹੋਏਗੀ। ਹੁਣ ਜੇਬ ਦੇ ਵਿੱਚ ਜ਼ਿਆਦਾ ਜੇਬ ਤੋਂ ਜ਼ਿਆਦਾ ਖਰਚਾ ਜਿਹੜਾ ਵੈ ਉਹ ਨਹੀਂ ਪਏਗਾ। ਤਾਂ ਹੁਣ ਇਹ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰ ਰਹੇ ਕਿ ਹੁਣੇ ਹੁਣੇ ਜਿਹੜਾ ਵੈ ਸੀ ਐਮ ਭਗਵੰਤ ਸਿੰਘ ਮਾਨ ਵੱਲੋਂ ਖੁਦ ਪੋਸਟ ਸਾਂਝੀ ਕੀਤੀ ਗਈ ਹੈ। ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਰਸਤਿਆਂ ਦੇ ਵਿੱਚੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ 2 ਅਪ੍ਰੈਲ ਨੂੰ ਆਉਣ ਵਾਲੇ 2 ਅਪ੍ਰੈਲ ਨੂੰ ਇਹ ਟੋਲ ਪਲਾਜ਼ੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚ ਗਿਣਤੀ ਹੋਣ ਵਾਲੇ ਇਹ ਬੰਦ ਹੋਣ ਜਾ ਰਹੇ ਨੇ।